काम ही काम है, सिर्फ भज लो दौड़ी लगी पई है, उठ के काम, काम ते जाना, काम तो आगे काम ते चल गए, बस आई कुछ। लोकी कहिंदे फ्यूचर, मैनूं तां कदे फ्यूचर दस्सिया नहीं। उत्थे हुण इन्ने साल मेहनत करके घर लैणा, उहनूं अपने घर बने बनाए च रहिंदे, मां प्यो ने बना के दित्ता, च रहिंदे आ, की लोड़ है। चाचा जी मेरी डैथ हुई जदों मैं उत्थे सीगा, ते आ उहनां नूं सगों डैथ तों पहलां दो चार दिन पहलां गल हुई, वह कहते भी तू आ जा यार, मैं चल कोई ना आऊंगा, कोई ना छेती आ जाना, उन्होंने वेख नहीं सके जान लगे। हाँ फिर वो भी बड़ा लग्या भी यार कल कोई होर इन्नी की होगी, अब इतने बैठे पैसों की करा। पैसे भाजी पैसे मैटर नहीं ना करते, पैसे हुण गल पैसे तो उत्थे बथेरे बनते सी, यह जी गल नहीं, पर कम भी बहुत करता सी। ते पैसे इत्थे वधिया बंदे ने जी, कोई गल नहीं, अपना सिस्टम वधिया चलदा, वधिया खाने आ, वधिया शौक भी पूरने आ, कोई इहो जी गल नहीं वी इत्थे नहीं हैगा बंदा कुछ नहीं, बहुत कुछ कुछ ज्यादा उहनां दा प्रभाव पैंदा। ते मैनूं ते उत्थे कोई लाइफ इन्नी चंगी लगी कोई नहीं, कम कम ही कम, बस इत्थे ठीक है, अपने मां प्यो की जमीन हैगी है, सामभी जाने, नहीं छड़ के इत्थे चल जाएंगे, घर बना बनाए छड़ के उत्थे आप टक्करा मारते फिर जाएंगे उन्होंने, फिर इत्थी है खेती करदा, मशीना मशीना ने कमैना ने संद चल रहे खेती का कम कर। भाजी उत्थे पी आर दा चलो छड़ी है, इत्थे मोह ਪੰਜਾਬ ਨਾਲ ਹੀ ਸੀ, ਪਰ ਇਹ ਵੀ ਜਦੋਂ ਗਏ ਸੀ ਉਦੋਂ ਨਹੀਂ ਸੀ ਸੋਚਿਆ ਵੀ ਵਾਪਸ ਆਉਣਾ ਜਾਂ ਉੱਥੇ ਰਹਿਣਾ ਕੀ ਕਰਨਾ ਪਤਾ ਨਹੀਂ। ਉੱਥੇ ਜਾ ਕੇ ਜਦੋਂ ਉੱਥੇ ਦੀ ਲਾਈਫ ਵੇਖੀ ਆ, ਉਹ ਫਿਰ ਉਹ ਚੰਗਾ ਜਾਣੀ ਮੈਨੂੰ ਫਿੱਟ ਨਹੀਂ ਲੱਗੀ, ਵੀ ਕੰਮ ਹੀ ਕੰਮ ਆ, ਸਿਰਫ ਭੱਜ ਲਓ ਦੌੜ ਹੀ ਲੱਗੀ ਪਈ ਆ, ਉੱਠ ਕੇ ਕੰਮ, ਕੰਮ 'ਤੇ ਜਾਣਾ, ਕੰਮ ਤੋਂ ਆ ਕੇ ਕੰਮ 'ਤੇ ਚੱਲ ਗਏ, ਬਸ ਆਹੀ ਕੁਛ। ਅਤੇ ਉਹ ਫਿਰ ਹੁਣ ਮੈਨੂੰ ਤਾਂ ਲੋਕੀ ਕਹਿੰਦੇ ਫਿਊਚਰ, ਮੈਨੂੰ ਤਾਂ ਕਿੱਥੇ ਫਿਊਚਰ ਦੱਸਿਆ ਨਹੀਂ, ਮੈਂ ਕਿਹਾ ਚਲੋ ਆਪਣਾ ਪਰਿਵਾਰ, ਆਪਣਾ ਪਿੰਡ, ਆਪਣੇ ਯਾਰ ਦੋਸਤ ਇੱਥੇ ਬੈਠੇ ਜਿਹਨਾਂ ਨਾਲ ਰਹੇ ਖੇਡੇ, ਉਹ ਉੱਥੇ ਲੱਗਦਾ ਸੀ ਵੀ ਨਹੀਂ ਯਾਰ ਵੀ ਕਿੰਨਾ ਕੁ ਚਿਰ ਕਰਾਂਗੇ, ਟਰੱਕ ਚਲਾਉਂਦਾ ਸੀ ਕਿੰਨਾ ਚਿਰ ਟਰੱਕ ਚਲਾਉਣਾ, 20-22 ਘੰਟੇ ਆਮ ਨੋਰਮਲ ਜੀ ਗੱਲ ਸੀ, ਇੰਨਾ ਤਕਰੀਬਨ ਮੁੰਡੇ ਚਲਾਉਂਦੇ ਹੀ ਇੰਨਾ ਕੁ ਤਾਂ ਕਰਨ ਵਾਲੇ ਨੇ, ਜੋ ਘੱਟ ਚਲਾਉਣ ਵਾਲੇ ਵੀ ਜਿਵੇਂ ਟੀਮ 'ਚ ਚੱਲਦੇ ਨੇ ਉਹ ਚਲੋ ਇਕੱਠੇ ਕਰ ਲੈਂਦੇ ਨੇ, ਬਟ ਮੈਂ ਲੋਕਲ ਕੰਮ ਕਰਦਾ ਸੀ ਕੰਸਟਰਕਸ਼ਨ ਦਾ, ਅਤੇ 20-22 ਘੰਟੇ ਲੱਗ ਹੀ ਜਾਂਦੇ। ਉਹ ਫਿਰ ਉਹਨੂੰ ਵੇਖ ਕੇ ਵੀ ਐਂ ਵੀ ਸਾਰੀ ਜ਼ਿੰਦਗੀ ਆਹੀ ਕੁਛ ਕਿਵੇਂ ਹੋਊਗਾ ਨਾ, ਵੀ ਫਿਰ ਅੱਗੇ ਉੱਥੇ ਵੱਧ ਤੋਂ ਵੱਧ ਘਰ ਲੈਣਾ ਸੀ, ਇੱਕ ਜੇ ਗੱਡੀ ਲੈਣੀ ਸੀ ਉਹ ਇੱਥੇ ਹੈਗਾ ਜੀ, ਉੱਥੇ ਹੁਣ ਇੰਨੇ ਸਾਲ ਮਿਹਨਤ ਕਰਕੇ ਘਰ ਲੈਣਾ, ਉਹਨੂੰ ਆਪਣੇ ਘਰ ਬਣੇ ਬਣਾਏ 'ਚ ਰਹਿੰਦੇ ਹਾਂ, ਮਾਂ ਪਿਓ ਨੇ ਬਣਾ ਕੇ ਦਿੱਤਾ 'ਚ ਰਹਿੰਦੇ ਹਾਂ, ਕੀ ਲੋੜ ਹੈ। ਕਦੋਂ ਗਏ ਸੀ ਤੁਸੀਂ ਕੈਨੇਡਾ? ਮੈਂ 14 ਜੀ ਕਹਿੰਦੇ ਪਰਿਵਾਰ ਵੀ ਤੁਹਾਡਾ? ਮੇਰੇ ਮਦਰ ਨਾਲ ਗਏ ਸੀ, ਉਹ ਵੀ ਨਾਲ ਹੀ ਵਾਪਸ ਆ ਗਏ ਸੀ, ਉਹ ਵੀ ਉਹ ਰਿਟਾਇਰਡ ਟੀਚਰ ਨੇ ਵੈਸੇ ਪਹਿਲਾਂ ਪੰਜਾਬ ਗਵਰਨਮੈਂਟ 'ਚ, ਅਤੇ ਉਹਨਾਂ ਨੂੰ ਵੀ ਉੱਥੇ ਨਹੀਂ ਫਿੱਟ ਲੱਗਿਆ, ਉਹ ਵੀ ਕਹਿੰਦੇ ਸਾਰਾ ਦਿਨ ਘਰ, ਕੰਮ ਤਾਂ ਮੈਂ ਕਰ ਨਹੀਂ ਦਿੱਤਾ ਉੱਥੇ ਉਹਨਾਂ ਨੂੰ, ਉਹ ਸਾਰਾ ਦਿਨ ਫਿਰ ਘਰ ਬੈਠੇ, ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ, ਉਹ ਵੀ ਇੱਥੇ ਨਹੀਂ ਹੈ ਪਿੰਡ, ਠੀਕ ਆ। ਨਹੀਂ ਨੌਜਵਾਨ ਤਾਂ ਵੱਧ ਕਰੇਜ਼ ਇੱਕ ਤਰ੍ਹਾਂ ਦਾ ਹੋ ਗਿਆ ਕਿ ਪਲੱਸ ਟੂ ਕਦੀ ਆਈਲੈਟਸ ਕਰਦੇ ਨੇ ਅਤੇ ਫਿਰ ਵਿਦੇਸ਼ਾਂ ਨੂੰ ਰੁਕ ਕਰਦੇ ਨੇ, ਤੁਸੀਂ ਵਾਪਸ ਆਉਣ ਦੇ ਹੱਕ ਦੇ ਵਿੱਚ ਕਿਵੇਂ? ਨੌਜਵਾਨ ਜਿਹੜੇ ਹੁਣ ਉਹਨਾਂ ਦੀ ਸੋਚ ਹੀ ਇਹੀ, ਜਿਹਨੇ ਟੈਂਥ ਕਰ ਲਈ ਉਹਨਾਂ ਦੇ ਵੀ ਪਲੱਸ ਟੂ ਕਰਕੇ ਤਾਂ ਆਈਲੈਟਸ ਕਰਨਾ, ਬਸ ਇੱਥੇ ਇੱਥੇ ਬਾਰੇ ਤਾਂ ਸੋਚਦੇ ਵੀ ਨਹੀਂ ਵੀ ਇੱਥੇ ਕੋਈ ਕੰਮ ਕਰਨਾ, ਵੀ ਜੇ ਇੱਥੇ ਕੋਈ ਕੁਛ ਕਰ ਲਈਏ ਨਹੀਂ ਬਾਹਰ ਦਾ ਹੀ ਹੈ ਸਭ ਕੁਛ, ਵੇਖੋ ਵੇਖੀ ਜ਼ਿਆਦਾ ਜਿਹੜਾ ਬੰਦਾ ਚੱਲ ਜਾਂਦਾ ਉਹਨੂੰ, ਜਿਹੜੇ ਉਹਦੇ ਫਰੈਂਡ ਸਰਕਲ ਇੱਥੇ ਹੁੰਦੇ ਉਹਨਾਂ ਨੂੰ ਐਂ ਲੱਗਦਾ ਵੀ ਉਹ ਪਤਾ ਨਹੀਂ ਮੌਜ ਹੀ ਕਰਦਾ ਉੱਥੇ ਐਸ ਕਰਦਾ, ਅਤੇ ਫਿਰ ਕੁਛ ਜ਼ਿਆਦਾ ਉਹਨਾਂ ਦਾ ਪ੍ਰਭਾਵ ਪੈਂਦਾ। ਮੈਨੂੰ ਤਾਂ ਉੱਥੇ ਕੋਈ ਲਾਈਫ ਇੰਨੀ ਚੰਗੀ ਲੱਗੀ ਕੋਈ ਨਹੀਂ, ਕੰਮ ਕੰਮ ਹੀ ਕੰਮ, ਬਸ ਇੱਥੇ ਠੀਕ ਹੈ, ਆਪਣੇ ਮਾਂ ਪਿਓ ਦੀ ਜ਼ਮੀਨ ਹੈਗੀ ਆ, ਸਾਂਭੀ ਜਾਂਦੇ ਹਾਂ, ਨਹੀਂ ਇਹਨੂੰ ਛੱਡ ਕੇ ਇੱਥੇ ਚੱਲ ਜਾਂਗੇ, ਘਰ ਬਣਾ ਬਣਾਏ ਛੱਡ ਕੇ ਉੱਥੇ ਆਪ ਟੱਕਰਾਂ ਮਾਰਦੇ ਫਿਰੇ ਜਾਂਗੇ ਉਹਨਾਂ ਦੇ, ਫਿਰ ਇੱਥੇ ਹੀ ਆ ਪੂਰੇ। ਫਿਰ ਹੁਣ ਖੇਤੀਬਾੜੀ ਉਹ ਦੇਖ ਖੇਤੀ ਕਰਦਾ, ਆ ਮਸ਼ੀਨਾਂ ਮਸ਼ੀਨਾਂ ਨੇ ਕਮੈਨਾਂ 'ਚ ਨੇ ਆਦੀ ਸੰਦ ਚੱਲਦੇ, ਖੇਤੀ ਦਾ ਹੀ ਕੰਮ ਕਰਦਾ। ਪਰਿਵਾਰ ਨਾਲ ਤਾਂ ਬੰਦਾ ਟੁੱਟ ਜਾਂਦਾ ਜਦੋਂ ਵਿਦੇਸ਼ ਜਾਂਦਾ ਆ, ਉੱਥੇ ਦਾ ਰਹਿਣ ਸਹਿਣ ਤੁਹਾਨੂੰ ਬਿਲਕੁਲ ਨਹੀਂ ਸੂਟੇਬਲ,
ਦੇਖੋ ਰਹਿਣ ਸਹਿਣ ਠੀਕ ਆ, ਜਿਵੇਂ ਹੁਣ ਜਿਹੜੇ ਪੁਰਾਣੇ ਗਏ ਨੇ ਜਿਹੜੇ ਬੰਦੇ ਉਹਨਾਂ ਦੇ ਅੱਗੋਂ ਜਿਹੜੀ ਉਹਨਾਂ ਦੀ ਅਗਲੀ ਪੀੜ੍ਹੀ ਆ ਉਹ ਠੀਕ ਆ, ਉਹ ਸਹੀ ਨੇ, ਉਹ ਸਹੀ ਚੱਲਦੇ ਨੇ ਵੀ ਉਹਨਾਂ ਦੀ ਲਾਈਫ ਹੈਗੀ ਆ ਵੀ ਉਹ ਆਪਣਾ ਉਹਨਾਂ ਕੁ ਕਰਦੇ ਨੇ ਉਹਨਾਂ ਕੁ ਖਾਂਦੇ ਨੇ। ਅਤੇ ਹੁਣ ਆਪਣਾ ਜੇ ਮੈਂ ਕਹਾਂ ਵੀ ਹਾਂ ਵੀ ਜੇ ਮੈਂ 8-10 ਘੰਟੇ ਕੰਮ ਕਰਾਂ ਮੈਂ ਘਰ ਨੂੰ ਜਾ ਕੇ, ਫਿਰ ਉਹਦੇ ਵਿੱਚ ਤਾਂ ਫਿਰ ਮੇਰਾ ਸਿਸਟਮ ਪੂਰਾ ਪੂਰਾ ਹੀ ਘੁੰਮਦਾ, ਫਿਰ ਉਹਦੇ ਨਾਲ ਤਾਂ ਫਿਰ ਆਪਣੇ ਸਿਸਟਮ ਦੇ ਉੱਥੇ ਵੀ ਘੁੰਮੀ ਜਾਂਦਾ, ਫਿਰ ਇੱਥੇ ਠੀਕ ਆ, ਫਿਰ ਕਾਹਦੇ ਲਈ ਨਹੀਂ ਦੂਰ ਰਹਿਣਾ ਉੱਥੇ। ਬੰਦਾ ਪਰਿਵਾਰ ਤੋਂ ਵੀ ਟੁੱਟ ਜਾਂਦਾ, ਤੁਸੀਂ ਕਿਹਾ ਕਿ ਤੁਹਾਡੇ ਫੈਮਿਲੀ 'ਚ ਪਰਿਵਾਰ 'ਚ ਹੁਣ ਦੇਖੋ ਵੀ ਵੀਕਐਂਡ ਸ਼ਨੀਵਾਰ ਸ਼ਾਮ ਨੂੰ ਘਰੇ ਜਾਣਾ, ਐਤਵਾਰ ਸ਼ਾਮ ਨੂੰ ਫਿਰ ਚੱਲ ਪੈਣਾ, ਉਹ ਵੀ ਕਈ ਵਾਰੀ ਐਤਵਾਰ ਸਵੇਰੇ ਹੀ ਜਾਣਾ ਪੈ ਜਾਂਦਾ। ਇਹ ਗੱਲਾਂ ਮੇਰਾ ਨਹੀਂ ਸਰ, ਜਿੰਨੇ ਟਰੱਕ ਚਲਾਉਂਦੇ ਨੇ ਮੁੰਡੇ ਸਭ ਦੀ, ਜਿਹੜਾ ਲੌਂਗ 'ਤੇ ਜਾਂਦੇ ਨੇ ਅਮੈਰੀਕਾ ਨੂੰ ਜਾਂਦੇ ਨੇ, ਹਫ਼ਤੇ ਦਾ ਉਹਨਾਂ ਦਾ ਰੂਟ ਆ, ਵੀਕਐਂਡ ਦਿਨ ਘਰ ਹੋਣਾ, ਅਗਲੇ ਦਿਨ ਫਿਰ ਚੱਲ ਪੈਣਾ, ਸਭ ਦਾ ਹੀ ਇਹੀ। ਇੱਥੋਂ ਜਿਵੇਂ ਪਿੱਛੋਂ ਪਰਿਵਾਰ ਇਕੱਲਾ, ਪਿੱਛੇ ਦੁੱਖ ਤਕਲੀਫਾਂ ਵੀ ਹੋ ਜਾਂਦੀਆਂ ਨੇ, ਡੈਥ ਵੀ ਕਈ ਵਾਰ ਹੋ ਜਾਂਦੀ ਆ, ਫਿਰ ਤੁਹਾਡੇ ਵੀ ਰਿਲੇਟਿਵ 'ਚ ਹੋਈ ਡੈਥ? ਚਾਚਾ ਜੀ ਮੇਰੇ ਡੈਥ ਹੋਈ ਜਦੋਂ ਮੈਂ ਉੱਥੇ ਸੀਗਾ, ਅਤੇ ਆ ਉਹਨਾਂ ਨੂੰ ਸਗੋਂ ਡੈਥ ਤੋਂ ਪਹਿਲਾਂ 2-4 ਦਿਨ ਪਹਿਲਾਂ ਗੱਲ ਹੋਈ, ਉਹ ਕਹਿੰਦੇ ਵੀ ਤੂੰ ਆ ਜਾ ਯਾਰ, ਅਤੇ ਮੈਂ ਚੱਲ ਕੋਈ ਨਾ ਵੀ ਆਊਂਗਾ ਵੀ ਕੋਈ ਨਾ ਛੇਤੀ ਆ ਜਾਣਾ, ਉਹ ਉਹਨੂੰ ਵੇਖ ਵੀ ਨਹੀਂ ਸਕਿਆ ਜਾਣ ਲੱਗਿਆ। ਹਾਂ ਫਿਰ ਉਹ ਵੀ ਬੜਾ ਲੱਗਿਆ ਵੀ ਯਾਰ ਜੇ ਕੱਲ੍ਹ ਨੂੰ ਕੋਈ ਹੋਰ ਇੰਨੀ ਕੀ ਹੋ ਗਈ, ਆਪ ਇੱਥੇ ਬੈਠੇ ਪੈਸਿਆਂ ਨੂੰ ਕੀ ਕਰਾਂ, ਤਾਂ ਕਰਕੇ ਫਿਰ ਇੱਥੇ ਫੈਸਲਾ ਕਰ ਲਿਆ ਕਿ ਹੁਣ ਸਾਰੀ ਜ਼ਿੰਦਗੀ। ਹੁਣ ਮੈਂ ਹੁਣ ਮੇਰੇ ਮਾਮੇ ਦੇ ਮੁੰਡੇ ਅਮੈਰੀਕਾ ਨੇ, ਉਹਨਾਂ ਦਾ ਕੰਮ ਵੀ ਬੜਾ ਸੋਹਣਾ ਹੈ, ਟਰਾਲੇ ਟਰੁਲੇ ਵਧੀਆ ਜਾ, ਉਹ ਕਹਿੰਦੇ ਤੂੰ ਸਾਡੇ ਕੋਲ ਹੀ ਆ ਜਾ, ਮੈਂ ਕਿਹਾ ਨਹੀਂ ਮੈਂ ਤੁਹਾਨੂੰ ਆ ਜਾਊਂਗਾ ਵੀ ਵੈਸੇ ਤੁਹਾਨੂੰ ਮਿਲਣ ਆ ਜਾਊ, ਪਰ ਮਿਲਣ ਵਾਸਤੇ ਜਾਂ ਘੁੰਮਣ ਫਿਰਨ ਵਾਸਤੇ? ਹਾਂ ਵੀ ਮੈਂ ਰਹਿਣਾ ਨਹੀਂ, ਉਹ ਵੀ ਬੜਾ ਕਹਿੰਦੇ ਨੇ ਆ ਜਾ, ਮੈਂ ਨਹੀਂ ਉੱਥੇ ਜਾਣਾ। ਹੋਰ ਕਿਹੜੇ ਦੇਸ਼ ਦੇ ਤੁਹਾਡੇ ਕੋਲੇ ਵੀਜ਼ਾ ਲੱਗਿਆ? ਕੈਨੇਡਾ ਦੀ ਪੀਆਰ ਸੀ ਤੇ ਅਮਰੀਕਾ ਦਾ ਵੀਜ਼ਾ। ਅਮਰੀਕਾ ਵੀ ਨਹੀਂ ਜਾਣਾ? ਨਹੀਂ ਨਹੀਂ ਜਾਣਾ, ਹੁਣ ਸਲਾਹ ਹੈਗੀ ਆ ਦਸੰਬਰ 'ਚ ਜਾਊਂਗਾ ਹਨਾ ਜੀ, ਪਰ ਜਾਣਾ ਨਾ ਮਿਲਣੀ ਆ ਬਸ, ਚੱਲ ਜਿਹੜਾ 10-15 ਦਿਨ ਮਹੀਨਾ ਲਾ ਕੇ ਦੇਵਾ। ਉੱਥੇ ਕਿੰਨੇ ਪੈਸੇ ਕਮਾਉਂਦੇ ਸੀ ਤੇ ਉਰੇ ਤੁਸੀਂ ਕਿੰਨਾ ਕਮਾ ਲੈਂਦੇ? ਪੈਸੇ ਭਾਜੀ ਪੈਸੇ ਮੈਟਰ ਨਹੀਂ ਨਾ ਕਰਦੇ, ਪੈਸੇ ਹੁਣ ਗੱਲ ਇਹ ਪੈਸੇ ਤਾਂ ਉੱਥੇ ਬਥੇਰੇ ਬਣਦੇ ਸੀ, ਵੀ ਇਹੋ ਜਿਹੀ ਗੱਲ ਨਹੀਂ, ਪਰ ਕੰਮ ਵੀ ਬਹੁਤ ਕਰਦਾ ਸੀ, ਅਤੇ ਪੈਸੇ ਇੱਥੇ ਵਧੀਆ ਬਣਦੇ ਨੇ, ਇਹੋ ਜਿਹੀ ਕੋਈ ਗੱਲ ਨਹੀਂ, ਆਪਣਾ ਸਿਸਟਮ ਵਧੀਆ ਚੱਲਦਾ, ਵਧੀਆ ਖਾਂਦੇ ਹਾਂ, ਵਧੀਆ ਸ਼ੌਂਕ ਵੀ ਪੂਰਨੇ ਆ, ਵੀ ਕੋਈ ਇਹੋ ਜਿਹੀ ਗੱਲ ਨਹੀਂ ਵੀ ਇੱਥੇ ਨਹੀਂ ਹੈਗਾ ਬਣਦਾ ਕੁਛ, ਨਹੀਂ ਬਹੁਤ ਕੁਛ ਬਣਦਾ ਇੱਥੇ, ਆਪਣੀ ਖੇਤੀ ਕਰਕੇ ਬੜੀ ਵਧੀਆ ਸਿਸਟਮ ਚੱਲਦਾ। ਇੱਕ ਜਣੀ ਆਪਣੀ ਪੰਜਾਬ ਦੀ ਧਰਤੀ ਨਾਲ ਜੁੜੇ ਰਹਿਣਾ, ਪਿੰਡ ਨਾਲ, ਪਿੰਡ ਦੀ ਮਿੱਟੀ ਨਾਲ, ਉੱਥੇ ਜਾ ਕੇ ਹੋਰ ਹੀ ਕੁਛ, ਜਦੋਂ ਪਿੰਡ ਬਾਰੇ ਇਹਨਾਂ ਨੂੰ ਫੋਨ ਕਰਨਾ ਪਿੰਡ, ਤਾਂ ਹੋਰ ਹੀ ਕੁਛ ਲੱਗਦਾ ਹੁੰਦਾ ਸੀ ਵੀ ਯਾਰ ਕੀ ਕਦ ਲਈ ਕਰੀ ਜਾਂਦੇ ਹਾਂ, ਇਹ ਇਹਨਾਂ ਨੇ ਸ਼ਾਮ ਨੂੰ ਇਕੱਠੇ ਹੋਣਾ ਕਿਤੇ ਵਿਆਹ ਸੰਗ ਜਾਣਾ, ਮੈਂ ਉੱਥੇ ਬੈਠਾ ਨੇ ਵੀਡੀਓ ਕਾਲਾਂ ਨਹੀਂ ਕਰਨੀ, ਮੈਂ ਚਲੋ ਨਹੀਂ ਯਾਰ ਪਿੰਡ ਹੀ ਠੀਕ ਹੈ, ਇਕੱਠੇ ਹੀ ਰਵਾਂਗੇ। ਕਿੰਨਾ ਮਨ ਵੀ ਟੁੱਟਦਾ ਹੋਣਾ ਕਿ ਹਨਾ ਪਰਿਵਾਰ ਤੋਂ ਦੂਰ ਆ, ਪਿੰਡ ਤੋਂ, ਕੋਈ ਰਿਲੇਟਿਵ ਰਿਸ਼ਤੇਦਾਰ ਤੋਂ ਦੂਰ? ਉਹੀ ਤਾਂ ਹੈ, ਹੁਣ ਮੈਂ ਦੱਸੀ ਜਾਂਦਾ, ਹੁਣ ਮੇਰੇ ਦੋ ਚਾਚੇ ਨੇ, ਇੱਕ ਚੱਲ ਡੈਥ ਹੋ ਗਈ, ਹੁਣ ਦੂਜਾ ਪਰਿਵਾਰ ਵੀ ਉਹ ਸਾਰੀ ਬਾਹਰ ਚਲ ਗਏ, ਸਿਰਫ ਇਕੱਲਾ ਮੈਂ ਹੀ ਆ। ਹੁਣ ਜਦੋਂ ਇੱਥੇ ਲੱਗਦਾ ਵੀ ਹੁਣ ਉਹਨਾਂ ਨੂੰ ਵੀ ਕਈ ਕਿਤੇ ਕਿਤੇ ਲੱਗਦਾ ਵੀ ਯਾਰ ਤੂੰ ਠੀਕ ਹੈ, ਵੀ ਤੂੰ ਪਿੰਡ ਆ ਤੂੰ ਸੌਖਾ ਹੈ, ਉਹ ਕਹਿ ਦਿੰਦੇ ਨੇ, ਪਰ ਹੁਣ ਕੀ ਪਤਾ ਉਹਨਾਂ ਨੇ ਆਉਣਾ ਨਹੀਂ ਆਉਣਾ ਉਹਨਾਂ ਦੀ ਆ। ਸੋ ਇਹ ਸਨ ਮਨਮੀਤ ਸਿੰਘ, ਨਾਭਾ ਬਲਾਕ ਦੇ ਪਿੰਡ ਅਲੀਪੁਰ ਦੇ ਨੇ, ਜਿਹੜੇ ਕੈਨੇਡਾ ਦੀ ਪੀ ਆਰ ਛੱਡ ਕੇ ਪੰਜਾਬ ਦੇ ਵਿੱਚ ਮੁੜ ਇਹਨਾਂ ਨੇ ਇੱਥੇ ਰਹਿਣ ਦਾ ਫੈਸਲਾ ਕਰਿਆ, ਪਿੰਡ ਰਹਿ ਰਹੇ ਨੇ ਤੇ ਖੇਤੀਬਾੜੀ ਕਰ ਰਹੇ ਨੇ। ਸਾਡੇ ਨਾਲ ਅਲੀਪੁਰ ਦੇ ਹੋਰ ਨੌਜਵਾਨ ਨੇ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੋ ਮਨਮੀਤ ਦਾ ਫੈਸਲਾ, ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਮੰਨਦੇ ਹੋ? ਜੀ ਫੈਸਲਾ ਇਹਨਾਂ ਦਾ ਬਹੁਤ ਸੋਹਣਾ ਜੀ, ਜਿਵੇਂ ਸਾਰੇ ਅੱਜ ਕੱਲ੍ਹ ਜਾਈ ਜਾਂਦੇ ਬੱਚੇ ਬਾਹਰ, ਇਹ ਇਹਨਾਂ ਦੇ ਫੈਸਲਾ ਮੈਨੂੰ ਬਹੁਤ ਵਧੀਆ ਲੱਗਾ ਕਿ ਆਪਣੇ ਫੈਮਿਲੀ 'ਚ ਬੈਠੇ ਨੇ ਅਤੇ ਆ ਕੇ ਉੱਧਰੋਂ ਕੰਮ ਛੱਡ ਕੇ ਇੱਧਰ ਆ ਕੇ ਖੇਤੀ ਦਾ ਕੰਮ ਬਹੁਤ ਸੋਹਣਾ ਕਰ ਰਿਹਾ। ਕਮੈਨਾ ਰੱਖਿਆ ਇਹਨਾਂ ਨੇ ਅਤੇ ਰੀਪਰ ਇਹਨਾਂ ਕੋਲ, ਕੰਪਿਊਟਰ ਕਰਾਹ ਰੱਖਿਆ ਹੋਇਆ ਇਹਨਾਂ ਨੇ, ਮੱਡ ਲੋਡ ਰੱਖਿਆ ਹੋਇਆ, ਅਤੇ ਬੜਾ ਸੋਹਣਾ ਕੰਮ ਕਰਦੇ ਨੇ। ਸਗੋਂ ਲੋਕਾਂ ਨੂੰ ਸਿੱਖਣਾ ਚਾਹੀਦਾ ਜਿਹੜੇ ਜਾ ਰਹੇ ਬਾਹਰ, ਕਿ ਉੱਧਰੋਂ ਛੱਡ ਕੇ ਇੱਧਰ ਬਹੁਤ ਸੋਹਣਾ ਕੰਮ ਕਰ ਰਿਹਾ। ਤੇ ਹੋਰ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ? ਤੁਹਾਡੇ ਪਿੰਡ ਤੋਂ ਵੀ ਹੋਰ ਵੀ ਕਈ ਜਿਹੜੇ ਹੁਣ ਨੌਜਵਾਨ ਨੇ ਪਲੱਸ ਟੂ ਕੀਤੀ, ਆਈਲੈਟਸ ਕਰਕੇ ਬਾਹਰ ਜਾਣਗੇ, ਉਹਨਾਂ ਵਾਸਤੇ ਕੀ ਮੈਸੇਜ? ਮੈਂ ਕਿਹਾ ਪਲੱਸ ਟੂ ਪੜ੍ਹਨਾ ਚਾਹੀਦਾ, ਇੱਧਰ ਸਰਕਾਰ ਨੂੰ ਵੀ ਇਹਨਾਂ ਨਾਲ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਉੱਧਰ ਜਾਣ ਦਾ ਰੁਝਾਨ ਘਟਣਾ ਚਾਹੀਦਾ, ਇਹ ਤਾਂ ਬਹੁਤ ਖਤਰਨਾਕ ਰੁਝਾਨ ਆ। ਜਿੱਦਾਂ ਹੁਣ ਖਾਲੀ ਕੋਠਿਆਂ 'ਚ ਭਈਏ ਰਹਿੰਦੇ, ਉਹ ਕਹਿੰਦਾ ਵੀ ਸਾਰੀ ਫੈਮਿਲੀ ਭਈਏ ਆਪਣੀ ਲਿਆਏ, ਇੱਕ ਕੋਠੀ ਦਾ 500-10 ਹਜ਼ਾਰ ਰੁਪਈਆ ਲੈਂਦੇ ਹਨ ਕੁਦਰ ਸਾਈਡ ਸਾਂਭਣ ਦਾ, ਉਹ ਰਾਤ ਨੂੰ ਸਾਰੇ 2-2-3-3 ਮੈਂਬਰ 3-4 ਕੋਠਿਆਂ ਸੌ ਜਾਂਦੇ ਆ, 30-40 ਹਜ਼ਾਰ ਰੁਪਇਆ ਬਣਾਉਂਦੇ, ਆਰਾਮ ਨਾਲ ਰਹਿ ਰਿਹਾ। ਜਿਹਨਾਂ ਕੋਠੀਆਂ ਪਾਈਆਂ ਐਸ਼ ਉਹ ਥੋੜ੍ਹਾ ਕਰ ਰਿਹਾ, ਤਾਂ ਜਿਹੜੇ ਪਿਛਲੇ ਬਈਏ ਕਰ ਰਿਹਾ, ਜਿਹੜੇ ਉਹਨਾਂ ਮਤਲਬ ਰਹਿ ਰਿਹਾ ਆਰਾਮ ਕਰ ਰਿਹਾ ਉਹਨਾਂ ਦੀ ਕੋਠੀਆਂ 'ਚ। ਜੇ ਇਸੇ ਤਰ੍ਹਾਂ ਹੀ ਕੈਨੇਡਾ ਜਾਣ ਦੀ ਦੌੜ ਲੱਗੀ ਰਹੀ, ਇਸ ਤਰ੍ਹਾਂ ਹੀ ਪੈਸਾ ਕਮਾਉਣ, ਫਿਰ ਤਾਂ ਪੰਜਾਬ ਖਤਮ ਹੀ ਹੋ ਜਾਣਾ ਇੱਕ ਨਾ ਇੱਕ ਦਿਨ। ਹਾਂਜੀ ਬਿਲਕੁਲ, ਜੇ ਆਹ ਹਾਰਿਆ ਫਿਰ ਤਾਂ ਬਜ਼ੁਰਗ ਹੀ ਰਹਿ ਜਾਣੇ ਆ ਪੰਜਾਬ 'ਚ, ਔਖਾ ਜੀ ਫਿਰ ਤਾਂ ਬਹੁਤ ਔਖਾ।
ये नहीं होना चाहिए, बच्चे जो अगो बच्चे ने उन्होंने इधर पंजाब वाल ध्यान देना चाहिए। सर नाल किसान आगू ने हरमेल सिंह तुंगा इन्हां दी परिवार दे नाल मनमीत सिंह उन्होंने परिवार ने बड़ी नेड़ता, किवें देखते हो जो मनमीत सिंह ने फैसला लिया कनेडा की पी आर छड़ी है? बहुत वधिया वधिया उपराला जी, ये क्योंकि असं ये सोचते थे कि लोगों की दौड़ इन्नी वध गई कि जमीन जायदादां वेच के लोग बाहर नूं चले जांदे ने, इस जमीन नाल किसी का प्यार नहीं रहा, तो कनेडा के डालरां नाल लोगों का प्यार हो गया। पर पहला शख्स आ साडा वीर ये जिन्हें कनेडा के डालरां नूं ठोकर मारी आ, उन्होंने उत्थे प्यार नहीं किया है, अमरीका के वीजे नूं ठकरा के इत्थे काम किया, कहिंदा जे असीं पंजाब नूं असीं नहीं बचावांगे तां बचाऊ कौन, इन्नी चंगी सोच लेके चले ने ये, इत्थे अपना खेती का कम करते हैं, डंगर पशु का कम करते हैं, कपेन रखी हुई है, लेजर कड़ाह रख्या हुआ, तूड़ी वाला रीपर रख्या हुआ, तो पांच सत्त मजदूरों भी कम देंगे ने, क्योंकि जोड़े साढ़े बेजमीने मतलब किसान मजदूर ने वो इत्थे कम करते हैं, उन्होंने भी तनखाह मिलती आ, वह भी रुजगार से लगे हुए ने। तो जिवें अज सरकारां दा रुझान आ, सरकारां ने कोई कानून वधिया नहीं बनाया, तो सरकारां ने मतलब किसी को रुजगार नहीं दिता, इस करके पंजाब उजाड़े दे रस्ते पिया होया, पंजाब उजड़ रहा। सानू आने वाले समय से उम्मीद थी भी पांच सत्त साल बुढ़िया का पंजाब बन जाना, इत्थे कोई नौजवान नहीं रहना, कोई साड़ी मुटियार धी भैन नहीं रहनी, ये बुढ़िया का पंजाब हो जूगा। पर अज सानू आस की एक झलक उठी आ, दिखी आ सानू ये इस नौजवान के हथों, क्योंकि इस मैसेज के नाल होर भी साढ़े नौजवान वीर किसान वीर सोचणगे गल नूं भी आपां आ जमीन ना पंजाब दी वेचीए, वो अमरीका वल ना जाइए, कनेडा वल ना जाइए, इत्थे साडी अमरीका इत्थे कनेडा सी पंजाब च रहीए। इहनां दा इह बहुत वधिया मैसेज आ, काफ़ी मतलब साढ़े जिहड़े विदेशी किसान बैठे ने जां साढ़े देश दे लोक बैठे ने, वह सोचणगे भी जिहड़े इस बंदे दी सोच दे नाल सानूं भी पहरा देना चाहिए, इस पंजाब नूं बचाउणा चाहिए। मनमीत किसानी अंदोलन च वी जिवें पहले गल करिए कि किन्ना कु योगदान रहा? हाँ, कल्ला इन्हां ने पैसे नाल जां कम नाल प्यार नहीं रखिया, इह कहिंदे भी जिंदगी जिउण लई हर एक चीज़ की लोड़ आ, किसानी अंदोलन दे विच इक साल लगातार दिल्ली के टिकरी बार्डर से बैठे रहे ने साडे नाल, ते अज भी जिथे भी साडा कोई धरना लगता उहदे विच भी हुम हुम आ के जांदे ने, नाल आपदे साथियों नूं लैके जांदे ने, ते आपदी जेब चों खर्चा भी करदे ने, जिथे बंदे नूं फंड दिंदे ने, मतलब इह कहिंदे ने कि साडा पंजाब वसदा रहे, जिथे भी लोड़ आ पंजाब ते वक्त आऊ साडे नाल खड़दे ने, खड़ांगे।